ਵੈਲਕਮ ਆ ਮੁੰਡੇ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਕਹਿੰਦੇ ਰੈੱਡ ਹਾਰਸ ਦੇ ਕੀ ਕਰਨ ਲੱਗੇ ਆਪਾਂ ਹਾਰਨ ਲਾਉਣ ਲੱਗੇ ਆ। ਡਰਾਈਵਰ ਨੇ ਕਹਿੰਦੇ ਖੋਲਤਾ ਗੇਟ, ਮੱਠਾ ਮੱਠਾ ਹੱਸਦਾ, ਹਾਰਨ ਲਾਉਣੇ ਆ। ਪੰਜ ਹਾਰਨ ਚੱਕ ਲਏ ਤੇ ਪੰਜਾਂ ਚੋਂ ਚਾਰ ਜਾਂ ਪੰਜ ਹੀ ਲਾ ਲਾਂਗੇ, ਦੇਖ ਕੇ ਜਿੱਥੇ ਕਿਵੇਂ ਲੋਟ ਆਊਗਾ ਤੇ ਸੈੱਟ ਕਰਕੇ ਰੱਖ ਲਈਏ ਕਿਹੜਾ ਉਹਦੇ। ਚਲੋ, ਕਿਉਂਕਿ ਹਾਰਨਾ ਬਿਨਾਂ ਬਹੁਤ ਔਖਾ ਵਾ। ਹਾਰਨਾ ਬਿਨਾਂ ਅਸੀਂ ਉੱਥੇ ਵੀ ਜਾਇਆ ਏ ਅਨੰਦਪੁਰ ਸਾਹਿਬ ਤੇ ਔਖਾ ਬਹੁਤ ਹੋਇਆ ਉੱਥੇ ਹਾਰਨੀ ਦੀ ਜਗ੍ਹਾ ਤੇ। ਉੱਥੇ ਰੇਤ ਦੇਣੀ ਪੈਂਦੀ ਸੀ ਸਾਨੂੰ ਬੰਦੇ ਨੂੰ, ਹੁਣ ਅਸੀਂ ਹਾਰਨ ਮਾਰਿਆ ਕਰਾਂਗੇ ਤੇ ਚੱਲਦਿਆਂ ਲੈ ਕੇ ਜੋਧਾ ਟਰੈਕਟਰ। ਮੱਠਾ ਮੱਠਾ ਹੱਸਦਾ ਹੋਇਆ ਡਰਾਈਵਰ ਤੇਰਾ ਯਾਰ ਕੁੜੇ। ਚਲੋ ਵੀ ਆਇਆ ਹੁਣ, ਇਹਨੂੰ ਗੇਟ ਖੋਲ ਕੇ ਆਉਣਾ, ਫਿਰ ਚੱਲਦੇ ਆ। ਹਾਰਨ ਆਪਾਂ ਪੰਜ ਰੱਖ ਲਏ। ਲੋ ਵੀ ਮੁੰਡੇ ਜੋਧਾ ਆ ਗਏ ਤੇ ਪੱਤੀ ਵੀ ਆਪਾਂ ਨਾਲ ਹੀ ਚੱਕ ਲਏ ਸੀ ਘਰੋਂ ਪੁਰਾਣੀ, ਜਿਹੜੀ ਪਹਿਲਾਂ ਵਾਲੇ ਬੰਪਰ ਤੇ ਲੱਗੀ। ਹੁਣ ਪੱਤੀ ਦੇ ਹਾਰਨ ਕੱਸ ਕੇ ਫਿਰ ਪਤਾ ਲੱਗੂਗਾ, ਆਪਾਂ ਲਾ ਕੇ ਦੇ ਦਿਆਂ ਕਿਤੇ ਤੇ ਫਿਰ ਉੱਥੇ ਕੱਸ ਲਾਂਗੇ, ਹੈਨਾ। ਪੰਜ ਹਾਰਨ ਕੱਸ ਲੈਂਦੇ ਇਹਨੂੰ, ਗਲੀਆਂ ਆਪਣੀਆਂ ਪਹਿਲਾਂ ਹੀ ਕੱਢੀਆਂ ਹੋਈਆਂ। ਅਤੇ ਮੈਂ ਤੁਹਾਨੂੰ ਕਿਹਾ ਸੀ ਵੀ ਕਮੈਂਟ ਕਰਕੇ ਦੱਸਿਓ ਆਪਾਂ ਹਾਰਨ ਕਿੱਥੇ ਲਾਈਏ, ਪਰ ਉਹ ਵਲੌਗ ਅਸੀਂ ਹਲੇ ਪਾਉਣਾ, ਕੱਲ੍ਹ ਨੂੰ ਪਾਉਣਾ ਅਤੇ ਅਸੀਂ ਪਹਿਲਾਂ ਹੀ ਕੰਮ ਕਰਨ ਲੱਗ ਗਏ ਹਾਰਨ ਵਾਲਾ। ਅਤੇ ਜੇ ਅਸੀਂ ਹੁਣ ਲਵਾ ਲੈਣੇ ਆ ਅਤੇ ਕਮੈਂਟ ਕਰਕੇ ਦੱਸ ਦਿਓ, ਜੇ ਸਹੀ ਲੱਗੇ ਤਾਂ ਵੀ ਠੀਕ ਆ, ਜੇ ਤੁਹਾਨੂੰ ਨਹੀਂ ਵਧੀਆ ਲੱਗੇ ਨਾ ਤਾਂ ਵੀ ਠੀਕ ਆ, ਅਸੀਂ ਪੱਟ ਕੇ ਹੋਰ ਕਿਤੇ ਕਰ ਦਾਂਗੇ ਜਿੱਥੇ ਕਹੋਗੇ। ਅਤੇ ਹੁਣ ਪੰਜੇ ਦੇ ਪੰਜ ਹਾਰਨ ਇਹਦੇ ਕੱਸ ਕੇ ਫਿਰ ਲਾ ਕੇ ਦੇ ਦਿਆਂ ਵੀ ਕਿੱਥੇ ਸੋਹਣੇ ਲੱਗਦੇ ਆ। ਡਰਾਈਵਰ ਹੁਣੀ ਫੋਰਮ 'ਚ ਆ ਗਏ ਨੇ, ਡਰਾਈਵਰ ਘੱਟ ਹੀ ਫੋਰਮ 'ਚ ਆਉਂਦਾ ਅੱਜ ਕੱਲ੍ਹ, ਪੇਪਰਾਂ ਨੇ ਇਹਨੂੰ ਤੰਗ ਕੀਤਾ ਹੋਇਆ ਥੋੜ੍ਹਾ ਜਿਹਾ ਨਾ। ਪਹਿਲੇ ਨੰਬਰ 'ਤੇ ਆਉਣਾ, ਪਿੱਛੋਂ ਪਹਿਲੇ ਨੰਬਰ 'ਤੇ ਆਉਣਾ ਬਾਈ ਨੇ ਚੱਕਦੇ। ਲਓ ਵੀ ਮਿੱਤਰੋ ਲੱਗ ਗਿਆ ਡਰਾਈਵਰ, ਕਹਿੰਦੇ ਕਸਣ ਲੈ ਬਈ ਪੱਤੀ ਫੜ ਲੈਣਾ ਫਟਾਫਟ ਨਟ ਘੁਮਾ ਦੇ। ਲਓ ਵੀ ਮਿੱਤਰੋ ਡਰਾਈਵਰ ਨੂੰ 10-15 ਮਿੰਟ ਹੋ ਗਏ ਹਾਰਨ 'ਤੇ, ਹਾਰਨ ਕਸੀ ਜਾਂਦਾ ਕਹਿੰਦਾ ਹੈ ਇੱਕ ਰਹਿ ਗਿਆ। ਲਓ ਵੀ ਕਹਿੰਦੇ ਇੱਕ ਰਹਿ ਗਿਆ, ਫਿਰ ਹੁਣ ਨਾਲ ਲਾ ਕੇ ਫਿਰ ਪਤਾ ਲੱਗੂ ਅਸਲੀ ਗੱਲਬਾਤ ਹੈ ਨਾ। ਗਲੀਆਂ ਬਾਹਲੀਆਂ ਨੀ ਕੱਢੀਆਂ ਪਈਆਂ, ਇੱਕ ਆਹ ਵੀ ਆ, ਆਹ ਫਾਲਤੂ, ਆਹ ਵੀ ਫਾਲਤੂ, ਉਹ ਵੀ ਫਾਲਤੂ ਤੇ ਉਹਦੇ ਵਿੱਚ ਕੱਢਣਾ ਹੁਣ ਇੱਕ, ਜਦੋਂ ਆਪਾਂ ਪਹਿਲਾਂ ਬਾਹਰ ਨੂੰ ਕੱਢੇ ਜ਼ਰੂਰੀਆਂ ਵਾ ਗਲੀਆਂ। ਠੀਕ ਆ, ਬਾਕੀ ਪੁਰਾਣੀ ਪੱਤੀ ਆਪਣੇ ਕੰਮ ਆ ਗਈ, 100-150 ਬਚ ਗਿਆ। ਲਓ ਵੀ ਮਿੱਤਰੋ ਹੁਣ ਹਾਰਨ ਲਾ ਕੇ ਦੇ ਦਈਏ, ਵੀ ਕਰੀਏ ਤਾਂ ਕਰੀਏ ਤੇ ਕੀ ਤੇ ਲਾਈਏ ਤਾਂ ਲਾਈਏ ਕਿੱਥੇ, ਹੈ ਨਾ। ਚਲੋ ਹੁਣ ਮੈਨੂੰ ਦਿਖਾਓ ਫਿਰ ਸੈੱਟ ਜਿਹਾ ਕਰਕੇ ਮਾੜਾ ਜਿਹਾ ਦੁਬਾਰੇ, ਨਾਲੇ ਦਰਸ਼ਕ ਵੀਰਾਂ ਦਿਖਾ ਦਈਏ। ਨੋ ਪਾਰਕਿੰਗ ਦਾ ਵੀ ਵਿੱਚ ਹੀ ਆ ਰਿਹਾ, ਉਰੇ ਵੀ ਸਿਰਾ ਲੱਗਦੇ ਆ। ਹੁਣ ਅੱਧ 'ਚ ਕਰ ਦਿਓ ਬੰਪਰ ਦੇ, ਅੱਧ 'ਚ, ਅੱਧ 'ਚ ਨਾ ਨਾ, ਹਾਂ ਅੱਧ 'ਚ ਟੇਪਰ ਕਰੋ। ਇਹ ਇੱਥੇ ਚਾਰ ਸੋਹਣੇ ਲੱਗਣਗੇ, ਇੱਧਰ ਨੂੰ ਕਰੀ ਪੱਤੀ, ਇੱਧਰ ਨੂੰ ਬਸ, ਹੁਣ ਇੱਧਰ ਨੂੰ ਕਰ ਮਾੜਾ ਜਿਹਾ, ਇੱਥੇ ਚਾਰ ਸੋਹਣੇ ਲੱਗਣਗੇ। ਹੁਣ ਕਰੀਏ ਤਾਂ ਕਰੀਏ ਕੀ ਆਪਾਂ, ਸੋਹਣੇ ਇੱਥੇ ਵੀ ਲਾ ਦਿਆ, ਸੋਹਣੇ ਉੱਥੇ ਵੀ ਲਾ ਦਿਆ, ਇਹ ਵੀ ਗੱਲ ਤੇਰੀ ਸਿਆਣੀ ਆ ਨਾ। ਇੰਨੀ ਸਿਆਣੀ ਕਿਉਂ ਗੱਲ ਆ ਤੇਰੀ, ਓਏ ਅੱਧੇ ਬੰਪਰ ਦੇ ਅੰਦਰ ਕਰ ਦਿਓ ਹਾਰਨ, ਅੱਧੇ ਬਾਹਰ ਕਰਕੇ ਦਿਖਾਇਓ। ਉਹ ਯਾਰ ਉਹ ਨਾ ਲਾ ਦਿਓ ਟੇਪ, ਤੁਸੀਂ ਕੱਲ੍ਹ ਹਲੇ ਕਰਾਈ ਆ, ਅੱਧੇ ਬੰਪਰ ਦੇ ਅੰਦਰ ਕਰ ਦਿਓ ਹਾਰਨ, ਹੋਊਗੇ ਟੇਪਰ ਕਰ ਪਹਿਲਾਂ ਫਿਰ ਹੋਣੇ, ਹਾਂ ਉਹਦੇ ਇੱਧਰਲਾ ਹੋ ਗਿਆ, ਇੱਧਰੋਂ ਚੱਕ ਬਾਈ, ਇਹ ਬੰਦਾ ਸਾਡਾ ਔਖਾ ਸਮਝਦਾ, ਟੇਪਰ ਕਰ ਦਿਓ ਹੁਣ ਇਹ ਇੱਥੇ, ਜਿਵੇਂ ਆਏ ਨਹੀਂ ਜਚਣੇ, ਲਾ ਲਓ ਰੱਖ ਲਓ ਸਾਈਡ 'ਤੇ, ਥੱਕ ਕੇ ਹੋਵੋਗੇ, ਬਾਕੀ ਹੁਣ ਦੇ ਦਿਆਂ ਕਰੀਏ ਤਾਂ ਕਰੀਏ ਕੀ ਯਾਰ, ਸਲਾਹ ਮਸ਼ਰਵਾ ਕਰਕੇ ਜਾਂ ਆਪਾਂ ਬਾਂਪਰ ਦੇ ਅੱਧ 'ਚ ਲਾ ਆਉਂਦੇ ਹਾਂ ਜਾਂ ਜਮ੍ਹਾਂ ਮੂਹਰੇ ਪਾਉਂਦੇ। ਟੇਪ ਲਾ ਤੀ, ਕਰਤਾ ਕੰਮ ਹਲੇ ਕੱਢ ਕਰਾਈ ਸੀਗੀ, ਚਲੋ ਕੋਈ ਨਹੀਂ ਹੁਣ ਸ਼ਾਇਦ ਆਪਾਂ ਪਲੇਟ ਲਵਾ ਦਈਏ। ਲਓ ਮਿੱਤਰੋ ਸਾਡੀ ਫਾਈਨਲ ਸਲਾਹ ਬਣ ਗਈ, ਅੱਧੇ ਬੰਪਰ ਦੇ ਅੰਦਰ ਦਿਖੂਗਾ ਹਾਰਨ, ਅੱਧਾ ਜਾਣੀ ਕਿ ਬਾਹਰ, ਮਤਲਬ ਇੱਥੇ ਕਾ ਅੱਧਾ ਅੱਧਾ ਕਰ ਦੇਣਾ। ਇਹਦੀ ਵੀ ਸਲਾਹ ਇਹੀ ਆ, ਇਹਦੀ ਵੀ ਸਲਾਹ ਇਹੀ ਆ, ਮੇਰੀ ਵੀ ਸਲਾਹ ਇਹੀ ਆ, ਬਾਕੀ ਹੁਣ ਤੁਹਾਡੇ 'ਤੇ ਆ। ਹੁਣ ਅਸੀਂ ਹਾਰਨ ਪੂਰੇ ਕੱਸ ਲਈਏ, ਚਾਬੀ ਹੈਗੀ ਆ ਦੇਖ, ਤਾਂ ਛੋਟੀ ਚਾਬੀ ਹੈਗੀ ਆ ਤਾਂ ਕੱਸ, ਹਾਰਨ ਪੂਰੇ ਪ੍ਰੋਪਰ ਚੰਗੀ ਤਰ੍ਹਾਂ ਟਾਈਟ ਕਰਕੇ ਫਿਰ ਬੰਪਰ ਦੇ ਨਾਲ ਲਾ ਕੇ ਦੇ ਦਿਆਂ ਦੁਬਾਰੇ ਇੱਕ ਵਾਰ। ਲਓ ਮਿੱਤਰੋ 15-20 ਮਿੰਟ ਲਾ ਕੇ ਅਸੀਂ ਹਾਰਨ ਕੱਸ ਹੀ ਲਿਆ, ਹੁਣ ਬਰੋਬਰ ਜੇ ਕਰਕੇ ਦੁਬਾਰੇ ਬੰਪਰ ਦੇ ਨਾਲ ਲਾ ਕੇ ਦੇ ਦਿਆਂ, ਵੱਢਾਂ ਗਈ ਘਰੇ ਲੈ ਕੇ ਆਣੀ ਉਰੇ, ਦੱਸ ਇਹਨੂੰ ਵੇਚ ਕੇ ਤੂੰ ਘਰ ਤਾਂ ਨਹੀਂ ਪਾਉਣਾ, ਚੱਕੋ ਵੀ ਦੋਨੇ ਆਣੇ ਹੋ ਜਾਓ ਤਕੜੇ ਮਾੜਾ ਆ। ਚਲੋ ਹੱਥ ਪਾਓ ਯਾਰ, ਇੰਨਾ ਕੀ ਕਰਦੇ ਹੋ, ਸੋਚਣ ਹੀ ਲੱਗ ਗਿਆ ਹੈਂ, ਹੁਣ ਵਧੀਆ ਐਵੇਂ ਹਾਰਨ ਹੈਲਦੇ ਨਹੀਂ, ਹੁਣ ਇੱਕ ਥਾਂ 'ਤੇ ਖੜ ਕੇ ਹੁਣ ਲਾਓ ਜਿਵੇਂ ਜਿਵੇਂ ਕਿਹਾ ਸੀ ਤੁਹਾਨੂੰ। ਪਰ ਇੱਕ ਕੰਮ ਹੋਰ ਆਪਾਂ ਪੁੱਠਾ ਕਰਤਾ, ਆਹ ਹਾਰਨ ਪੁੱਠੇ ਸਿੱਧੇ ਕਾਹ 'ਤੇ, ਇਹਨਾਂ ਦੀਆਂ ਇੱਥੇ ਆ ਗਈਆਂ, ਚੱਲ ਕੋਈ ਨਹੀਂ
ਅੱਧਾ ਅੰਦਰ ਕਰ ਅੱਧਾ ਬਾਹਰ ਕਰ ਆ ਤੂੰ ਇਧਰੋਂ ਗਲਤ ਆ ਬਾਈ ਉਧਰ ਦੇਖ ਉਹ ਯਾਰ ਆਏ ਵੀ ਉਹ ਮੂਹਰੋਂ ਤਾਂ ਪਰੇ ਹੋ ਜਾਓ ਤੁਸੀਂ ਤੂੰ ਪਰੇ ਹੋ ਬਸ ਬਾਈ ਐ ਸੈੱਟ ਲੱਗਦੇ ਆ ਲਗਭਗ ਤਾਂ ਨਹੀਂ ਨਹੀਂ ਐ ਹੁਣ ਆਈ ਆ ਨਾ ਥੱਲੇ ਨੂੰ ਲੈ ਜਾਓ ਬਾਂਪਰ ਦੇ ਅੱਧ ਚ ਲੈ ਜਾਓ ਲੈ ਜਾਓ ਲੈ ਜਾਓ ਇੱਧਰ ਨੂੰ ਕਰ ਦਿਓ ਚਾਰ ਕਰ ਦਿਓ ਇੱਕ ਬਾਹਰ ਕੱਢ ਲਓ ਹੁਣ ਥੋੜ੍ਹਾ ਜਿਹਾ ਥੱਲੇ ਨੂੰ ਐਂ ਕਰ ਦਿਓ ਬਸ ਇਹਨੂੰ ਲਗੋ ਲਾ ਉਹ ਐਂ ਵੀ ਸੋਹਣੇ ਲੱਗਦੇ ਆ ਜੇ ਮੂਹਰੇ ਪੰਜ ਲਾਈ ਤਾਂ ਬਾਹਲਾ ਪ੍ਰਭਾਵ ਪੈਂਦਾ ਨਾ ਇਹਨਾਂ ਦੇ ਪ੍ਰਾਣ ਮੁੱਕੀ ਜਾਂਦੇ ਆ ਦੱਸ ਮੈਂ ਵੀ ਸਵਾਲ ਲੈਣਾ ਜਾਣ ਜਾਣ ਕੇ ਉਰੀ ਲਾ ਦੀ ਯਾਰ ਪੰਜ ਤੇਰੀ ਵੀ ਇਹੀ ਸਲਾਹ ਨਹੀਂ ਉਹ ਜਿਵੇਂ ਆਪਾਂ ਪਹਿਲਾਂ ਲਾਏ ਸੀ ਉਵੇਂ ਕਰੀ ਬਾਹਰ ਜਿਵੇਂ ਪੁਰਾਣੇ ਬਾਂਪਰ ਤੇ ਸੀਗੇ ਨਹੀਂ ਯਾਰ ਬਸ ਉਵੇਂ ਹੀ ਲਾਉਂਦੇ ਆ ਆ ਆ ਅੱਧਾ ਅੱਧਾ ਪੀਸ ਹਾਰਨ ਦਾ ਨਾ ਬਾਂਪਰ ਦੇ ਥੱਲੇ ਕਰਕੇ ਉਵੇਂ ਫਾਈਨਲ ਕਰ ਲਓ ਮੈਂ ਤਾਂ ਕਹਿੰਦਾ ਹਨਾ ਉਵੇਂ ਹੀ ਸੱਟ ਆ ਯਾਰ ਲਓ ਮਿੱਤਰੋ ਹਾਰਨ ਪੂਰੀ ਚੰਗੀ ਤਰ੍ਹਾਂ ਕਾਸ ਲਏ ਤੇ ਟੀਮ ਦੇਖ ਲਓ ਕਿੰਨੀ ਇਕੱਠੀ ਹੋ ਗਈ ਹੁਣ ਸਾਰਿਆਂ ਦੀ ਸਲਾਹ ਬਣ ਗਈ ਵੀ ਬਾਂਪਰ ਤੋਂ ਇੱਥੋਂ ਇੱਕ ਉਂਗਲ ਛੱਡ ਕੇ ਮਗਰ ਇੰਨਾ ਜਾਣੀ ਕਿ ਇੱਥੇ ਲਾਉਣੀ ਆ ਬੱਤੀ ਤੇ ਫਿਰ ਉਹ ਅੰਦਰ ਆ ਜਾਣਗੇ ਹਨਾ ਇੱਕ ਵਾਰ ਲਾ ਕੇ ਦਿਖਾ ਦਿਓ ਯਾਰ ਚੱਕ ਚੱਕ ਉਹਦੇ ਪ੍ਰਾਣ ਮੁੱਕੇ ਹੋਏ ਆ ਜੀ ਲਵਾ ਲਵਾ ਦਿਖਾਉਂਦੇ ਤੇ ਹੰਬਿਆ ਪਿਆ ਉਈ ਗਾ ਮਾੜਾ ਜਿਹਾ ਸਾਰਿਆਂ ਦੀ ਸਲਾਹ ਮਿਲ ਗਈ ਸਾਡੀ ਹੁਣ ਪਿੱਛੇ ਰੱਖੋ ਇੱਕ ਇੱਕ ਇੱਧਰ ਨੂੰ ਕਰ ਮਾੜਾ ਜਿਹਾ ਆਹ ਹਾਰਨ ਸਹੀ ਕਰਦੇ ਸਾਰੇ ਸਹੀ ਕਰਦੇ ਇੱਕ ਵਾਰ ਬਸ ਇਹ ਉਰੇ ਬਹੁਤ ਘੈਂਟ ਲਾਦੇ ਆ ਉਰੇ ਜਮਾਂ ਸੈੱਟ ਆ ਨਾ ਬਾ ਉਰੇ ਹੀ ਲਵਾਉਣੇ ਹੁਣ ਆਪਾਂ ਬਿਲਡਿੰਗ ਵਾਲਾ ਕੋਈ ਲੱਭ ਲਈਏ ਉਹ ਦੁਕਾਨ ਵਾਲੇ ਨੇ ਬਾਈ ਨੇ ਕੀਤਾ ਨੀ ਉਹ ਹੋਰ ਕੰਮ ਕਰਦੇ ਆ ਚਲੋ ਫਿਰ ਚੱਲੀਏ ਬਾਹਰ ਇੱਥੋਂ ਲੱਗਣੀ ਵੀ ਨੀ ਦੁਬਾਰੇ ਜਿੱਧਰ ਮਰਜ਼ੀ ਬਹਿ ਆ ਹੁਣ ਚੱਲਦੇ ਆ ਆਪਾਂ ਹੋਰ ਮਿਸਤਰੀ ਕੋਲੇ ਲਓ ਮਿੱਤਰੋ ਹਾਰਨ ਦੇਖ ਲਓ ਤੁਸੀਂ ਪੰਜ ਚੱਕੀ ਫਿਰਦੇ ਆ ਅੱਜ ਕਹਿੰਦੇ ਕੋਈ ਮਿਸਤਰੀ ਲੱਭ ਰਿਹਾ ਨਾ ਵੀ ਕਿੱਥੇ ਫਿੱਟ ਕਰਦੇ ਜਾ ਇਹ ਡੈੱਕ ਦੇ ਉਰੇ ਫਿੱਟ ਕਰਦੀ ਇਹ ਥੋੜੀ ਛੱਡ ਦਿੰਦਾ ਕਦੇ ਕਦੇ ਜਾਵੇ ਛੱਡਣੀ ਕੀ ਆ ਯਾਰ ਲਾਣੇ ਉਰੇ ਉਰੇ ਲਾ ਦੇ ਫਿਰ ਉਹਦੇ ਉਰੇ ਨਹੀਂ ਸਕਰੀਨ ਤੇ ਐ ਪੰਜ ਹੈ ਬਾਕੀ ਹੁਣ ਆਪਾਂ ਸ਼ੇਕ ਪੀਣ ਆ ਗਏ ਕਿਉਂਕਿ ਮਿਸਤਰੀ ਅੱਜ ਕੋਈ ਲੱਭ ਨਹੀਂ ਰਿਹਾਗਾ ਬਾਕੀ ਦੇਖਦੇ ਅੱਜ ਹੈਗਾ ਵੀ ਸੰਡੇ ਸੀਗਾ ਹਨਾ ਪਤਾ ਨਹੀਂ ਸੀਗਾ ਵੀ ਸੰਡੇ ਆ ਲੰਡਰ ਕੌਣ ਦੇਖਦਾ ਵਾ ਹੈ ਲੰਡਰ ਦੇਖਦਾ ਨਹੀਂ ਕੈਲੰਡਰ ਕਿੱਥੇ ਦੇਖਦੇ ਆ ਯਾਰ ਫੋਨ ਤੇ ਕੈਲੰਡਰ ਥੋੜੀ ਦੇਖੀ ਜਾਂਦਾ ਤੇ ਬਾਕੀ ਦੇਖਦੇ ਨੇ ਇੱਕ ਅੱਧਾ ਮਿਸਤਰੀ ਹੁਣ ਜਾਂਦੇ ਆ ਦੇ ਰਾਹ ਚ ਜੇ ਕੋਈ ਆ ਗਿਆ ਠੀਕ ਆ ਨਹੀਂ ਕੱਲ ਨੂੰ ਫਿਰ ਦੁਬਾਰੇ ਟ੍ਰੈਕਟਰ ਕੱਢ ਲਾਂਗੇ ਕੱਲ ਨੂੰ ਦੁਬਾਰੇ ਟ੍ਰੈਕਟਰ ਕੱਢ ਲਾਂਗੇ ਨਾ ਅੱਜ ਨਿੰਦੀ ਬਾਈ ਵੀ ਹੈ ਨਹੀਂ ਨਿੰਦੀ ਬਾਈ ਵੀ ਵਿਆਹ ਤੇ ਗਿਆ ਹੋਇਆ ਨਿੰਦੀ ਬਾਈ ਹੁੰਦਾ ਉਹਨੇ ਤਾਂ ਕਰ ਹੀ ਲਈ ਆਪਣਾ ਕੰਮ ਬਾਕੀ ਦੇਖਦੇ ਆ ਫਿਰ ਕੱਲ ਨੂੰ ਸਿੱਧਾ ਨਿੰਦੀ ਬਾਈ ਤੋਂ ਲਵਾ ਲਾਂਗੇ ਜੇ ਹੁਣ ਕੋਈ ਮਿਸਤਰੀ ਮਿਲਿਆ ਤਾਂ ਹੁਣ ਲਵਾ ਲਾਂਗੇ ਲੋ ਵੀ ਮੁੰਡੇ ਅੱਜ ਆਪਣਾ ਕੰਮ ਬਣਨਾ ਨਹੀਂ ਹੁਣ ਆਪਾਂ ਆਵਾਂਗੇ ਕੱਲ ਨੂੰ ਤੇ ਅੱਜ ਸਾਰੀਆਂ ਦੁਕਾਨਾਂ ਹੈਗੀਆਂ ਨੇ ਬਾਕੀ ਹੁਣ ਕੱਲ ਨੂੰ ਫੇਰ ਦੁਬਾਰੇ ਕੱਢਾਂਗੇ ਰੈੱਡ ਹਾਰਸ ਨੂੰ ਤੇ ਕੱਲ ਨੂੰ ਕਰਾਵਾਂਗੇ ਕੰਮ ਹਾਰਨ ਵਾਲਾ ਨਵੀਂ ਸੜਕ ਬਣ ਗਈ ਸਾਡੀ ਸਾਰਿਆਂ ਨੂੰ ਵਧਾਈਆਂ ਤੇ ਕਮੈਂਟਾਂ 'ਚ ਵਧਾਈਆਂ ਦੇ ਦਿਓ ਹਨਾ ਨਵੀਂ ਸੜਕ ਬਣ ਗਈ ਹੁਣ ਟਾਪੋ ਟਾਪ ਜਾਇਆ ਕਰਾਂਗੇ ਉਹ ਹੁਣ ਆਹ ਟਰੈਕਟਰ ਲਿਬੜਿਆ ਕਰੇ ਆਹ ਇੱਥੇ ਕਿੱਡੇ ਕਿੱਡੇ ਟੋਏ ਸੀਗੇ ਸਾਰੇ ਭਰ ਗਏ ਹੋਰ ਪੈਣੀਆਂ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦੋ ਫੌਂਟ ਕਿਵੇਂ ਆ ਸਾਡਾ ਇੱਕ ਬੰਦਾ ਦਾ ਕਹਿੰਦਾ ਵਧੀਆ ਨੀ ਕਹਿੰਦਾ ਬਾਹਲੇ ਮੋਟੇ ਅੱਖਰ ਆ ਬਾਕੀ ਹੁਣ ਆਹ ਕੱਲ ਨੂੰ ਲਵਾਵਾਂਗੇ ਹੁਣ ਫਿਲਹਾਲ ਦੀ ਟਰੈਕਟਰ ਲਾਉਂਦੇ ਆ ਘਰੇ ਘਰੇ ਆ ਕੇ ਤੇ ਰੈੱਡ ਹਾਰਸ ਆਪਾਂ ਲਾਤਾ ਜਿੱਥੇ ਲਾਉਂਦੇ ਹੁੰਦੇ ਹਾਂ ਤੇ ਹੁਣ ਕਬੂਤਰਾਂ 'ਚ ਆਏ ਹੋਏ ਆ ਤੇ ਕਬੂਤਰ ਗਜਾ ਰਹੇ ਸੀ ਉਹ ਥੋੜ੍ਹਾ ਜਿਹਾ ਖਰਾਬ ਕਰਦਾ ਅੱਜ ਉਹ ਬੈਠਾ ਕੋਠੀ 'ਤੇ ਅਤੇ ਨਵਾਂ ਕੱਢਿਆ ਸੀਗਾ ਅੱਜ ਕੋਠੀਆਂ 'ਤੇ ਬਹਿ ਬੂ ਕੇ ਆਉਂਦਾ ਨਾ ਘਰੇ ਕੇਰਾਂ ਇੱਕ ਵਾਰ ਘਰੇ ਆਉਣ ਲੱਗ ਫਿਰ ਨਹੀਂ ਸਿੱਧਾ ਹੋ ਜਾਣਾ ਬਾਕੀ ਮੈਂ ਸ਼ਾਮ ਦੇ ਟਾਈਮ ਜਾਲ 'ਚ ਪਾ ਦੇ ਕਬੂਤਰ ਥੋੜ੍ਹੇ ਜਿਹੇ ਵੀ ਕੀ ਪਤਾ ਜਾਲ ਦੇ ਉੱਤੇ ਆ ਕੇ ਬਹਿ ਕੇ ਕਈ ਵਾਰ ਨਵਾਂ ਕਬੂਤਰ ਛਤਰੀ ਤੋਂ ਡਰਦਾ ਹੁੰਦਾ ਅਤੇ ਕਬੂਤਰ ਕਬਾਤਰ ਹੁਣ ਤਾੜ ਤੂੜ ਕੇ ਫਿਰ ਚੱਲਦੇ ਆ ਜਾਣਾ ਤਾਂ ਸੌਰੀ ਕਿੱਥੇ ਆ ਅਤੇ ਕੱਲ੍ਹ ਨੂੰ ਟਰੈਕਟਰ ਕੱਢਾਂਗੇ ਕੱਲ੍ਹ ਨੂੰ ਲੱਗਣਗੇ ਹਾਰਨ ਆਹ ਤਾਂ ਲੱਗਣੇ ਵੀ ਹੈ ਨਾ ਬਾਕੀ ਸਾਡੇ ਘਰ ਕੋਲ ਬੈਰਦਰ ਕਨੇਡਾ ਦਾ ਆ ਗਿਆ ਕਹਿੰਦੇ ਮੇਰੇ ਵੀਰੇ ਕਨੇਡਾ ਦਾ ਕਨੇਡਾ ਦਾ ਫੀਲਿੰਗਾਂ ਲੈ ਸਕਦੇ ਹਾਂ ਜੀ ਉਹ ਬੈਠਾ ਚੋਬਰ ਆ ਜਾ ਇਹਨੂੰ ਕਹਿ ਬਸ ਟਾਈਮ ਨਾਲ ਤੂੰ ਮੁੰਡੇ ਅੱਜ ਹੈਗਾ ਦੂਜਾ ਦਿਨ ਅਤੇ ਹੋਰਨ ਚੱਕ ਲਏ ਟਰੈਕਟਰ ਬਾਹਰ ਕੱਢ ਲਿਆ ਅਤੇ ਸਿੱਧਾ ਚੱਲਦੇ ਇੱਥੋਂ ਨਿੰਦੀ ਬਾਈ ਜੀ ਕੋਲੇ ਉਹੀ ਹੱਲ ਕਰਨਗੇ ਆਪਣਾ ਵੀ ਕਿਵੇਂ ਲਾਉਣੇ ਕਿਵੇਂ ਨਹੀਂ ਹੈ ਭਾਰੇ ਆ ਇਹਦਾ ਪੰਜ ਇੱਕ ਹੋਰ ਸੀਗਾ ਛੇ ਫਿਰ ਤਾਂ ਤੂੰ ਡਿੱਗ ਡੁੱਗੀ ਪੈਣਾ ਸੀਗਾ ਇੰਨੇ ਭਾਰ ਨਾਲ ਇਹਨੂੰ ਸੈੱਟ ਕਰ ਲਾ ਪੂਰਾ ਸੌਸਤੀ ਪਈ ਹੋਈ ਆ ਹੁਣ ਤੂੰ ਕੀ ਚਾਹੁੰਦਾ ਮੈਂ ਤੈਨੂੰ ਹੈਲਪ ਲਾਵਾਂ
ਬਿਮਾਰ ਹੁਣ ਬਿਮਾਰ ਹੋ ਗਿਆ ਇੰਨੀ ਛੇਤੀ ਬਿਮਾਰ ਹੋਏ ਇਹ ਖੜੇ ਪੈਰ ਕੁਛ ਵੀ ਹੋ ਸਕਦਾ ਇਹਨੂੰ ਇਹ ਬਿਮਾਰ ਵੀ ਹੋ ਸਕਦਾ ਇਹ ਕੁਛ ਵੀ ਕਰ ਸਕਦਾ ਖੜੇ ਪੈਰ ਚੱਲਦੇ ਆ ਬਾਕੀ ਚਲੋ ਹੁਣ ਚੱਲੀਏ ਲੋ ਵੀ ਹਾਰਨ ਦੀ ਪੱਤੀ ਕਰਤੀ ਬੈਲਟ ਤੇ ਪੱਤੀ ਵੱਧ ਸੀਗੀ ਉਹ ਵਧਾਉਣ ਲੱਗੇ ਨਾਲ ਉੱਧਰ ਤਾਂ ਚਲੋ ਸਰ ਜਾਣਾ ਕਿਉਂਕਿ ਇੰਨੀ ਹਾਰਨ ਵੀ ਆ ਇੱਥੇ ਜਿਹੜਾ ਉੱਧਰਲਾ ਹਾਰਨ ਉਹ ਅੰਦਰ ਰਹਿਣੀ ਕਿਹਾ ਵੱਧ ਸੀਗੀ ਉਹ ਬੜਾ ਆਪਾਂ ਵਧਾ ਦਿੰਦੇ ਹਾਂ ਬਾਕੀ ਹੈ ਨਾ ਹਲੇ ਟੇਪਰ ਜੇ ਕਰਦੇ ਹਾਂ ਹਲੇ ਸਿੱਧੇ ਟੇਢੇ ਮੇਢੇ ਲੱਗੇ ਹੋਏ ਆ ਹਾਂ ਤਾਂ ਟੇਢੇ ਮੇਢੇ ਜੇ ਆ ਮੈਂ ਕਿਹਾ ਟੇਪਰ ਕਰਾਂਗੇ ਜਾ ਕੇ ਜਦੋਂ ਵਾਇਰਿੰਗ ਕਰਾਉਣ ਜਾਣਾ ਹੁਣ ਆਪਾਂ ਸਿੱਧਾ ਉੱਥੇ ਜਾ ਕੇ ਕਰਾਂਗੇ ਟੈਟ ਪੂਰੇ ਲਓ ਮਿੱਤਰੋ ਹਾਰਨ ਦੀ ਵਾਇਰਿੰਗ ਹੋਣ ਲੱਗ ਗਈ ਉੱਧਰ ਸਾਹਮਣੇ ਕਹਿੰਦੇ ਹਾਰਨ ਦੀ ਵਾਇਰਿੰਗ ਹੋਣ ਲੱਗ ਗਈ ਤੇ ਡਰਾਈਵਰ ਨੂੰ ਹੁਣ ਕੀ ਕਹੀਏ ਹੈ ਗੱਲ ਹੀ ਨਹੀਂ ਬਣੀ ਬਾਈ ਕੀ ਹੋ ਗਿਆ ਨਹੀਂ ਚ ਦੁਪਹਿਰ ਦਾ ਟਾਈਮ ਆ ਸਾਨੂੰ ਪਤਾ ਹੈ ਲਓ ਮਿੱਤਰੋ ਹਾਰਨ ਦੀ ਵਾਇਰਿੰਗ ਹੋਈ ਜਾਂਦੀ ਹੈ ਤੇ ਆਪਾਂ ਹਾਰਨ ਕਰਤੇ ਸੈੱਟ ਤੇ ਸਾਈਡਾਂ ਦੇਖ ਲਓ ਦੋਨਾਂ ਦੀਆਂ ਸੇਮ ਹੋ ਗਈਆਂ ਲਗਭਗ ਤਾਂ ਇੱਧਰ ਵੀ ਉਨਾ ਕੀ ਫਰਕ ਆ ਉੱਧਰ ਵੀ ਉਨਾ ਕੀ ਫਰਕ ਆ ਤੇ ਵਿਚਾਲੇ ਵੀ ਆਪਾਂ ਸੈੱਟ ਕਰਤੇ ਬਾਕੀ ਦੇਖਦੇ ਹਾਂ ਅੱਗੇ ਕੀ ਨਿਕਲਦਾ ਲੁੱਕ ਕੀ ਬਣ ਕੇ ਆਉਂਦੀ ਆ ਵਾਇਰਿੰਗ ਵੀ ਕਰਾ ਕੇ ਫਿਰ ਚੈੱਕ ਕਰਦੇ ਹਾਂ ਨਾ ਵਾਲੇ ਵਧੀਆ ਲੱਗੇ ਫਿਰ ਚਾਰ ਕਰ ਦਾਂਗੇ ਸਭ ਤੋਂ ਥੱਲੇ ਹੋਰ ਕੀ ਆ ਵੈਸੇ ਤਾਂ ਸੋਹਣੇ ਰਾਜ ਆ ਪੂਰੇ ਲਓ ਮਿੱਤਰੋ ਵਾਇਰਿੰਗ ਸਾਰੀ ਹੋ ਗਈ ਬਸ ਲਗਭਗ ਤੇ ਹਾਰਨ ਵੀ ਆਪਾਂ ਚੰਗੀ ਤਰ੍ਹਾਂ ਪੂਰੇ ਕਰਤੇ ਉਰੇ ਜਾਣੀ ਕਿ ਜਿੱਥੇ ਆਪਾਂ ਨੂੰ ਸੈੱਟ ਫੇਰ ਕਰਨ ਦੀ ਲੋੜ ਹੋਊ ਕਰ ਲਾਂਗੇ ਮੁੜ ਕੇ ਜੇ ਆਪਾਂ ਇੱਥੋਂ ਪੱਟ ਕੇ ਹਾਰਨ ਨਾ ਪਿੱਛੇ ਕਰਨੇ ਹੋਣ ਇੱਥੇ ਇੱਕ ਜੋੜਾ ਸਿਰਫ ਉਹ ਖੋਲ੍ਹ ਕੇ ਇੱਥੋਂ ਪੱਟੀ ਪੱਟ ਕੇ ਜਿੱਥੇ ਮਰਜ਼ੀ ਲਾ ਸਕਦੇ ਹਾਂ ਆਪਾਂ ਜਾਣੀ ਚਲਾਈ ਦੁਬਾਰਾ ਬਸ ਐਡਾ ਬਾਕੀ ਰੇਅਰ ਲੋਹ ਇਹਨੂੰ ਪਤਾ ਨਹੀਂ ਖਾਨੀ ਇੱਕ ਹੀ ਲੱਗੀ ਹੋਈ ਆ ਅੰਦਰ ਹੀ ਉਹ ਫੈਕਸ ਹੀ ਉਦੋਂ ਬਾਅਦ ਇੱਕ ਤਾਰ ਕੱਢੀ ਹੁੰਦੀ ਆ ਆਡੀ ਬਸ ਉਹ ਸਿੱਧੀ ਇਹੀ ਲਾ ਦਿੰਦੇ ਹੁੰਦੇ ਹਾਂ ਅਤੇ ਆਪਣੇ ਹੁਣ ਵਾਇਰਿੰਗ ਲਗਭਗ ਹੋ ਗਈ ਅਤੇ ਆਪਾਂ ਬੰਪਰ ਦੇ ਥੱਲੇ ਲਾਈਟਾਂ ਵੀ ਲਾਉਣੀਆਂ ਨੇ ਇੱਥੇ ਰੈੱਡ ਅਤੇ ਵਾਈਟ ਉਹ ਵੀ ਦੇਖਦੇ ਹਾਂ ਅੱਜ ਲਵਾਉਣੇ ਆ ਫਿਰ ਕਹਿ ਦੇਣ ਅਤੇ ਜਿੰਨੀਆਂ ਵੀ ਥੱਲੇ ਲਾਈਟਾਂ ਲੱਗੀਆਂ ਨਾ ਉਹ ਇੱਕ ਵਾਰ ਸਾਰੀਆਂ ਅਸੀਂ ਪੱਟਣੀਆਂ ਹੁਣ ਹੈ ਨਾ ਪੱਟ ਕੇ ਤੁਹਾਨੂੰ ਨਵਾਂ ਜਗਾੜ ਕਰਕੇ ਦਿਖਾਵਾਂਗੇ ਵੀ ਅਸੀਂ ਲਾਈਟਾਂ ਲਾਉਣੀਆਂ ਤਾਂ ਲਾਉਣੀਆਂ ਕਿਵੇਂ ਆ ਇੱਕ ਵਾਰ ਸਾਰੀਆਂ ਤੁਹਾਨੂੰ ਅਸੀਂ ਪੱਟ ਲੈਣੀਆਂ ਜਦੋਂ ਥੱਲੇ ਵਾਲੀਆਂ ਪੱਟ ਲਈਆਂ ਉਦੋਂ ਹੀ ਬੰਪਰ ਦੇ ਥੱਲੇ ਲਵਾਵਾਂਗੇ ਇਕੱਠੀ ਅਤੇ ਉਹ ਜ ਪੱਟਣੀਆਂ ਕਿਉਂ ਆ ਉਹਦਾ ਵੀ ਤੁਹਾਨੂੰ ਰੀਜ਼ਨ ਦੱਸਾਂਗੇ ਲਓ ਮਿੱਤਰੋ ਆਪਣੇ ਟ੍ਰੇਨ ਹੋਰਨ ਜਿਹੜੇ ਲਾਏ ਹੋਏ ਸੀਗੇ ਦੋ ਉਹ ਚੱਲੇ ਨਹੀਂ ਗੇ ਹੁਣ ਅਤੇ ਉਹ ਵੀ ਆਪਾਂ ਚਲਾ ਕੇ ਲੈ ਕੇ ਚੱਲਾਂਗੇ ਇੱਕ ਸੱਚ ਉਹ ਛੇਤੀ ਢਿੱਲੀ ਹੋ ਜਾਂਦੀ ਹੈ ਸ਼ਾਇਦ ਸੱਚ ਆਪਾਂ ਨਵੀਂ ਲਾ ਦੀ ਉਹਦੇ ਵਾਸਤੇ ਅਤੇ ਸ਼ੋਅ ਖੋਲ੍ਹ ਲਈ ਅਤੇ ਇੰਜਣ ਧੋਣਾ ਰਹਿ ਹੀ ਗਿਆ ਜਦੋਂ ਟਰੈਕਟਰ ਧੋਤਾ ਬਾਹਲੀ ਜੀ ਵਾਰ ਵਾਰ ਹੀ ਲਾਤੀ ਇੰਜਣ ਰਹਿ ਗਿਆ ਹੁਣ ਇੰਜਣ ਵੀ ਕਿਸੇ ਦਿਨ ਧੋ ਦਾਂਗੇ ਸਪੈਸ਼ਲ ਅਤੇ ਬਾਕੀ ਹੁਣ ਟ੍ਰੇਨ ਹੋਰਨ ਚਲਾ ਲਈਏ ਰੂਟਸ ਦੇ ਹੋਰਨ ਆਪਣੇ ਚੱਲਣ ਲਾ ਦਿਓ ਵਾਇਰਿੰਗ ਦੇਖ ਲਈਏ ਮਾੜਾ ਸਾਰਾ ਕੁਝ ਤਾਰਾਂ ਤੂਰਾਂ ਬਾਈ ਨੇ ਬਾਹਤੀਆਂ ਪੂਰੀ ਚੰਗੀ ਤਰ੍ਹਾਂ ਹੋਰੋਂ ਕੋਈ ਤਾਰ ਨਹੀਂ ਦਿਖੂਗੀ ਪ੍ਰੋਪਰ ਵਾਇਰਿੰਗ ਕੀਤੀ ਆ ਦੇਖੋ ਸੈੱਟ ਹੈ ਕੰਮ ਪੂਰਾ ਬੂਰ ਨੂੰ ਮੈਂ ਕਹਿੰਦਾ ਬਹੁਤ ਆ ਮੇਰਾ ਜਦ ਤਾਂ ਉੱਥੇ ਬੈਠਾ ਰਿਹਾ ਮੈਂ ਉਦੋਂ ਕਰਾਉਣ ਦਾ ਨਾਲ ਵੈਸੇ ਹੁਣ ਟਰੈਕਟਰ ਜੋ ਬਾਹਰ ਕੱਢਾਂਗੇ ਉਦੋਂ ਪਤਾ ਲੱਗੂ ਵੀ ਕੀ ਹਿਸਾਬ ਕਿਤਾਬ ਆਪਣੇ ਘਰੇ ਆਪ ਹੀ ਨਟ ਨੁਟ ਖੋਲ੍ਹ ਕੇ ਸੈੱਟ ਵੈੱਟ ਕਰ ਲਾਂਗੇ ਜੇ ਲੋੜ ਪਈ ਬਾਕੀ ਵਾਇਰਿੰਗ ਦਾ ਮੇਨ ਮੁੱਦਾ ਸੀ ਉਹ ਆਪਣੀ ਹੋ ਗਈ ਲੋ ਵੀ ਮੁੰਡੇ ਹੋ ਗਏ ਹਾਰਨ ਫਿੱਟ ਚਲਾ ਕੇ ਦਿਖਾਈਏ ਵਾਜ ਵੀ ਠੀਕ ਆ ਰਿਲੇਅ ਵੀ ਇੱਕ ਹੀ ਆ ਦੇਖ ਲਾਂਗੇ ਰਿਲੇਅ ਵੀ ਇੱਕ ਹੋਰ ਲਾ ਦਾਂਗੇ ਹੈ ਨਾ ਅਤੇ ਗਾਹਾਂ ਜਾ ਕੇ ਹੁਣ ਸੈਰ 'ਤੇ ਲਾ ਕੇ ਦੇਖੀਏ ਹਾਰਨ ਹੁਣ ਕਿੱਦਾਂ ਦੇ ਆ ਨਾਲੇ ਇੱਕ ਦੀ ਬਣਾਉਣਾ ਰੀਲ ਲੋ ਵੀ ਆ ਗਏ ਪਿੰਡ ਆਪਣੇ ਮਨਸੂਰ ਆ ਕਹਿੰਦੇ ਵੀਰੇ ਵੀਰੇ ਮੁੰਡੇ ਹਾਰਨ ਲਵਾ ਕੇ ਆ ਚੁੱਕੇ ਨੇ ਅਤੇ ਕਮੈਂਟ ਕਰਕੇ ਦੱਸ ਦਿਓ ਵੀ ਇੱਥੇ ਠੀਕ ਆ ਕਿ ਨਹੀਂ ਅਸੀਂ ਤਾਂ ਲਵਾ ਲਏ ਹੁਣ ਆਹ ਹਾਰਨ ਢਿੱਲਾ ਲੱਗਦਾ ਸਾਰਿਆਂ ਦੇ ਮੂੰਹ ਜਿਹਾ ਚੱਕ ਦੀਏ ਨਾ ਚੱਕਦੇ ਮਾੜੇ ਬਰੋਬਰ ਕਰ ਸਾਰਿਆਂ ਨੂੰ ਫਿਰ ਚੱਲਿਆ ਡਰਾਈਵਰ ਘਰੇ ਲੋ ਮਿੱਤਰੋ ਹਾਰਨ ਲਵਾ ਕੇ ਆ ਗਏ ਸੀ ਘਰੇ ਅਤੇ ਕਰੋ ਚੈੱਕ ਹਾਰਨ ਕੈਂਟ ਲਾਹਦੇ ਆ ਇੱਕ ਹਾਰਨ ਦਾ ਨਾ ਉੱਪਰੋਂ ਆਹ ਜਰਜੀ ਲੱਗ ਗਈ ਨਾ ਥੋੜ੍ਹੀ ਥੋੜ੍ਹੀ ਆਪਣੇ ਕੋਲ ਜਿਹੜਾ ਛੇਵਾਂ ਹਾਰਨ ਇਹਦੀ ਥਾਂ 'ਤੇ ਉਹ ਲਾ ਦਾਂਗੇ ਜਿਹੜਾ ਆਪਣੇ ਕੋਲ ਛੇਵਾਂ ਪਿਆ ਵਾ ਇਹ ਤਾਂ ਹਾਂ ਜਰਜੀ ਲੱਗੀ ਹੋਈ ਆ ਉਹੜੀ ਬਾਕੀ ਕਰੋ ਚੈੱਕ ਰੈੱਡ ਹਾਰਸ ਦੀ ਲੁੱਕ ਦੇਖੋ ਕਰੋ ਚੈੱਕ ਕੈਂਟ ਲਾਹਦਾ ਹਾਰਨ ਨਾਲ ਹੈ ਕਮੈਂਟ ਕਰਕੇ ਦੱਸ ਦਿਓ ਬਾਕੀ ਇੱਧਰ ਆਪਣੇ ਕੁੱਤੇ ਫਿਰਦੇ ਦੋ ਆਹਦੇ ਵੀਗਲ ਇਹ ਆਪਣੇ ਕੋਲ ਜੋੜਾ ਵਾ ਰੱਖਿਆ ਹੋਇਆ ਅਤੇ ਆਹ ਸਿੰਗਲ ਆ ਇਹ ਹੈਗੀ ਆ ਫੀਮੇਲ ਉੱਧਰ ਆਪਣੇ ਜਾਨਵਰ ਕਬੂਤਰ ਫਿਰਦੇ ਆ ਇੱਧਰ ਆਪਣਾ ਕਿਹੜਾ ਰੈੱਡ ਹਾਰਸ ਬਾਕੀ ਹੋਰਨ ਲਵਾ ਲਿਆ ਸੀ ਅੱਜ ਆਪਾਂ ਇੰਨਾ ਕੀ ਕੰਮ ਕਰਾਇਆ ਇਹਦਾ ਵਲੋਗ ਆਪਾਂ ਉਹੀ ਐਂਡ ਕਰਦੇ ਹਾਂ ਮਿਲਦੇ ਹਾਂ ਨਵੇਂ ਵਲੋਗ ਦੇ ਵਿੱਚ ਵਲੋਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰਦੇ ਹੁਣ ਮਿਲਦੇ ਹਾਂ ਮਿੱਤਰੋ ਅਗਲੇ ਵਲੋਗ ਦੇ ਵਿੱਚ